ਤੇ ਬਾਕੀ ਆਪਣੇ ਮੁੰਡਿਆਂ ਦੀ ਆਹ ਗਲਤੀ ਹੁੰਦੀ ਆ, ਸਰਬੀਆ ਜਾਂਦੇ ਨੇ ਹੈ ਨਾ, ਪਹੁੰਚਦੇ ਨੇ ਪਿੱਛੋਂ ਗੱਲ ਕਰਕੇ 10 ਦੀ ਆ ਜਾਣਾ ਹੈ ਨਾ, 12 ਦੀ ਆ ਜਾਣਾ, ਤੇ ਉੱਥੇ ਜਾ ਕੇ ਉਹਨਾਂ ਨੂੰ ਕਹਿਣਗੇ ਬਾਈ ਸਾਡੇ ਤੋਂ 1-2 ਲੱਖ ਜ਼ਿਆਦਾ ਲੈ ਲਈ, ਸਾਡੀ ਸੇਫ ਗੇਮ ਕਰਾ ਦੀ। ਗੇਮ ਬਾਈ ਇੱਕੋ ਹੀ ਹੁੰਦੀ ਹੈ ਨਾ, ਇਹ ਸਾਰੇ ਫੁੱਦੂ ਬਣਾਉਂਦੇ, ਕਿਉਂਕਿ ਆਪਣੇ ਬੰਦੇ ਘਰ ਪਰ ਜਾਂਦੇ ਆ ਯਾਰ, ਉਹੀ ਨਾ ਕੁਛ ਹੋ ਜੇ ਹੋਰ ਗੱਲਾਂ ਬਾਤਾਂ, ਤੇ ਤਾਂ ਕਰਕੇ ਮੈਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹੋਰ ਕੀ ਹਾਲ ਚਾਲ ਹੈ। ਆਈ ਹੋਪ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਅਤੇ ਸਵਾਗਤ ਆ ਤੁਹਾਡਾ ਨਿਊ ਵਲੋਗ ਦੇ ਵਿੱਚ। ਅਤੇ ਅੱਜ ਆਪਾਂ ਤੁਹਾਨੂੰ ਜਰਮਨ ਦੀ ਸੈਰ ਕਰਾਵਾਂਗੇ, ਕਿਉਂਕਿ ਮੈਂ ਜਰਮਨ ਆ ਚੁੱਕਾ ਹਾਂ, ਘੱਟੋ ਘੱਟ ਨਹੀਂ 10-15 ਦਿਨ ਹੋ ਗਏ ਮੈਨੂੰ ਜਰਮਨ ਆਇਆਂ ਨੂੰ। ਜਰਮਨ ਆਉਣ ਦਾ ਕਾਰਨ ਮੇਰਾ ਆਹ ਸੀਗਾ, ਉੱਥੇ ਕੰਮ ਕਰਦੀ ਸੈਟਿੰਗ ਨਹੀਂ ਆਈ, ਫਰਾਂਸ ਕੰਮ ਕਾਰ ਦੀ ਸੈਟਿੰਗ ਕਰਕੇ ਤਾਂ ਕਰਕੇ ਆਉਣਾ ਪਿਆ। ਅਤੇ ਆਹ ਲੋਕੇਸ਼ਨ ਹੈ ਜਰਮਨ ਦੀ, ਦੇਖ ਲਓ ਭਰਾਵੋ। ਅਤੇ ਅੱਜ ਬਾਕੀ ਕੁਝ ਕੁ ਗੱਲਾਂ ਹੋਰ ਵੀ ਦੱਸਣ ਵਾਲੀਆਂ ਨੇ ਸਾਰੇ ਭਰਾਵਾਂ ਨੂੰ, ਅਤੇ ਜਿਹੜੇ ਭਰਾ ਮੇਰੇ ਡੌਂਕੀ ਲਾ ਰਹੇ ਨੇ ਇਹ ਥੋੜ੍ਹਾ ਜਿਹਾ ਤਿਆਰੀ ਨਾਲ ਆਇਓ, ਕਿਉਂਕਿ ਮੌਸਮ ਹੋ ਚੁੱਕਾ ਆ ਚੇਂਜ, ਕਿੱਥੋਂ ਇਹਨਾਂ ਜੰਗਲਾਂ 'ਚ ਕੰਬੀ ਜਾਇਓ, ਠੀਕ ਆ ਭਰਾਵੋ। ਅਤੇ ਆਹ ਦੇਖ ਲਓ ਉਰੇ ਦਾ ਮਾਹੌਲ, ਜਰਮਨ ਆਉਣ ਦਾ ਕਾਰਨ ਇਹ ਸੀਗਾ ਉੱਥੇ ਪੈਸੇ ਨਹੀਂ ਬਚਦੇ ਨਵੇਂ ਬੰਦੇ ਨੂੰ ਸਾਰੇ ਮੇਰੇ ਖਿਆਲ 400 ਰੁਪਇਆ ਬੰਦੇ ਨੂੰ ਬਚਦਾ, ਅਤੇ ਉਸ ਤੋਂ ਬਾਅਦ ਅਗਲੇ ਨੇ ਹੈ ਨਾ ਆਪਣਾ ਕੁਝ ਪਿੱਛੇ ਵੀ ਹੈ ਨਾ ਕਰਨਾ ਆ, ਹੀਲਾ ਤਾਰਨੇ ਤੂਰਨੇ ਵੀ ਹੈਗੇ ਆ, ਬਹੁਤ ਕੁਝ ਗੱਲਾਂ ਨੇ ਦੱਸਣ ਵਾਲੀਆਂ। ਅਤੇ ਮੈਨੂੰ ਉੱਥੇ ਲੱਗਿਆ ਫਿਊਚਰ ਨਹੀਂ ਹੈਗਾ, ਅਤੇ ਇਸ ਕਰਕੇ ਮੈਂ ਜਰਮਨ ਆ ਚੁੱਕਿਆ ਹਾਂ। ਅਤੇ ਕੰਮ ਕਾਰ ਵੀ ਤੁਹਾਨੂੰ ਦੱਸਾਂਗੇ ਮੈਂ ਕੀ ਕਰਦਾ ਅਗਲੇ ਵਲੋਗ ਦੇ ਵਿੱਚ। ਅਤੇ ਬਾਕੀ ਲਵ ਯੂ ਸਾਰਿਆਂ ਨੂੰ, ਇੰਨੀ ਵੀਡੀਓ ਨੂੰ ਪਿਆਰ ਦੇ ਰਹੇ ਹੋ, ਅਤੇ ਇੱਦਾਂ ਦੀ ਵੀਡੀਓ ਦੇ ਨਾਲ ਤੁਹਾਡਾ ਭਰਾ ਆਉਂਦਾ ਰਹੂਗਾ। ਅਤੇ ਬਾਕੀ 2-3 ਭਰਾਵਾਂ ਦੇ ਕੁਐਸਚਨ ਆਹ ਸੀਗੇ, ਵੀਰੇ ਯਾਰ ਪਾਸਪੋਰਟ ਤੁਸੀਂ ਕਿੱਦਾਂ ਹੈ ਨਾ ਨਾਲ ਲੈ ਕੇ ਆਉਂਦੇ ਹੋ ਡੋਂਕੀ, ਅਤੇ ਕਿਵੇਂ ਕੀ ਹਿਸਾਬ ਕਰਦੇ ਹੋ ਹੈ ਨਾ। ਪਾਸਪੋਰਟ ਦਾ ਆਹ ਹਿਸਾਬ ਹੁੰਦਾ ਮਿੱਤਰੋ, ਪਾਸਪੋਰਟ ਆਪਣਾ ਹੁੰਦਾ ਏਜੰਟ ਕੋਲ, ਜਿਹਨੂੰ ਆਪਾਂ ਜਿਹਦੇ ਥਰੂ ਆਉਂਦੇ ਹਾਂ ਹੈ ਨਾ, ਜਿਹਦੇ ਥਰੂ ਆਪਣੀ ਸਾਰੀ ਗੇਮ ਹੁੰਦੀ ਆ, ਅਤੇ ਗੇਮ ਦੇ ਹਿਸਾਬ ਨਾਲ ਹੁੰਦਾ ਆ। ਅਤੇ ਉਹ ਬੰਦੇ ਨੂੰ ਆਪਾਂ ਨੂੰ ਪਾਸਪੋਰਟ ਦੇਣਾ ਹੁੰਦਾ ਆ, ਅਤੇ ਉਹ ਬੰਦਾ ਫਿਰ ਬਾਅਦ 'ਚੋਂ ਆਪਣੇ ਤੋਂ ਡਿਮਾਂਡ ਕਰਦਾ 100 ਯੂਰੋ ਦੀ ਕਰੇ, 200 ਦੀ ਕਰੇ, ਕੋਈ 500 ਵੀ ਮੰਗਦੇ ਨੇ, ਕਿਉਂਕਿ ਅੜੀ ਕਰਾਰੀ 'ਤੇ ਦੇਣਾ ਪੈਂਦਾ, ਠੀਕ ਹੈ ਜੀ। ਅਤੇ ਬਾਕੀ ਸਾਰੇ ਕੈਮ ਹੋਣਗੇ, ਅਤੇ ਆਹ ਦੇਖ ਲਓ ਮੌਸਮ ਬਹੁਤ ਜ਼ਿਆਦਾ ਚੇਂਜ ਹੋਇਆ ਪਿਆ, ਅਤੇ ਠੰਡ ਵੀ ਲੱਗ ਰਹੀ ਆ, ਅਤੇ ਹੋਰ ਕੁਝ ਗੱਲਾਂ ਦਿਲ ਦੀਆਂ ਵੀ ਤੁਹਾਡੇ ਨਾਲ ਕਰਨੀਆਂ ਨੇ। ਅੱਜ ਸਾਡੇ ਭਰਾ ਨੇ ਅੱਜ ਟਾਈਮ ਮਿਲਿਆ ਬਾਹਰ ਨਿਕਲਣ ਦਾ, ਮੈਂ ਕਿਹਾ ਸਾਰੇ ਅਸੀਂ ਕਹੀ ਜਾਣਗੇ ਘਰ ਬੈਠਾ ਵੀਡੀਓ ਜੀ ਬਣਾਈ ਜਾਂਦਾ ਹੈ ਨਾ, ਘਰੋਂ ਬਾਹਰ ਨਹੀਂ ਨਿਕਲਦਾ, ਅਤੇ ਫਿਰ ਅੱਜ ਤੁਹਾਡਾ ਭਰਾ ਨਿਕਲਿਆ ਬਾਹਰ, ਕਿਉਂਕਿ ਮੈਂ ਵਲੋਗ ਵੀ ਬਣਾਇਆ ਸੀਗਾ ਤਾਂ ਫਰਾਂਸ ਤੋਂ ਹੈ ਨਾ ਜਰਮਨ ਆਉਣ ਦਾ, ਅਤੇ ਉਹ ਬਟ ਮੈਨੂੰ ਡਿਲੀਟ ਕਰਨਾ ਪਿਆ, ਕੋਈ ਰੀਜ਼ਨ ਸੀਗਾ ਹੈ ਨਾ, ਮੈਂ ਕਿਹਾ ਕਿੱਥੇ ਇੰਨਾ ਫੜਾਈ ਫੜੂਈ ਹੋ ਜੇ, ਅਤੇ ਤਾਂ ਕਰਕੇ ਫਿਰ ਆਪਾਂ ਡਿਲੀਟ ਕਰਤਾ ਸੀਗਾ। ਅਤੇ ਬਾਕੀ ਕੰਮ ਕਾਰ ਦੀ ਵੀਡੀਓ ਵੀ ਆਪਾਂ ਜਲਦੀ ਲੈ ਕੇ ਆਵਾਂਗੇ। ਅਤੇ ਬਾਕੀ ਇਹ ਕਮੈਂਟਾਂ ਦੇ ਜਵਾਬ ਵੀ ਆਪਾਂ ਠਹਿਰ ਕੇ ਰੂਮ 'ਚ ਜਾ ਕੇ ਦੇਣੀ ਆ, ਅਤੇ ਇੱਕੋ ਵੀਡੀਓ ਕਰ ਦੇਣੀ ਆਪਾਂ ਸਾਰਿਆਂ ਨੂੰ ਹੈ ਨਾ। ਅਤੇ ਬਾਕੀ ਮੁੰਡੇ ਕਹਿੰਦੇ ਨੇ ਬਾਈ ਕਿੰਨਾ ਕੁ ਖਰਚਾ ਆ ਜਾਂਦਾ ਬਈ ਏਜੰਟ ਦੇ ਹਿਸਾਬ ਨਾਲ, ਆ ਕੋਈ 10 ਵੀ ਲਈ ਜਾਂਦਾ, ਕੋਈ 12 ਵੀ ਲਈ ਜਾਂਦਾ, ਉਹ ਆਪਣੇ ਆਪ 'ਤੇ ਆ ਬਈ ਆਪਾਂ ਕਿੰਨੇ ਤੱਕ ਹੈ ਨਾ ਉਹ ਕਰਦੇ ਹਾਂ। ਅਤੇ ਬਾਕੀ ਆਪਣੇ ਮੁੰਡਿਆਂ ਦੀ ਆਹ ਗਲਤੀ ਹੁੰਦੀ ਆ, ਸਰਬੀਆ ਜਾਂਦੇ ਨੇ ਹੈ ਨਾ, ਪਹੁੰਚਦੇ ਨੇ ਪਿੱਛੋਂ ਗੱਲ ਕਰਕੇ 10 ਦੀ ਆ ਜਾਣਾ ਹੈ ਨਾ, 12 ਦੀ ਆ ਜਾਣਾ, ਅਤੇ ਉੱਥੇ ਜਾ ਕੇ ਉਹਨਾਂ ਨੂੰ ਕਹਿਣਗੇ ਬਾਈ ਸਾਡੇ ਤੋਂ 1-2 ਲੱਖ ਜ਼ਿਆਦਾ ਲੈ ਲਈ, ਸਾਡੀ ਸੇਫ ਗੇਮ ਕਰਾ ਦੀ। ਗੇਮ ਬਾਈ ਇੱਕੋ ਹੀ ਹੁੰਦੀ ਹੈ ਨਾ, ਇਹ ਸਾਰੇ ਫੁੱਦੂ ਬਣਾਉਂਦੇ, ਕਿਉਂਕਿ ਆਪਣੇ ਬੰਦੇ ਘਰ ਪਰ ਜਾਂਦੇ ਆ ਯਾਰ, ਉਹੀ ਨਾ ਕੁਛ ਹੋ ਜੇ ਹੋਰ ਗੱਲਾਂ ਬਾਤਾਂ, ਅਤੇ ਤਾਂ ਕਰਕੇ ਮੈਂ ਆਹੀ ਮੁੰਡਿਆਂ ਨੂੰ ਕਹਿੰਦਾ ਜਿਹੜੇ ਵੀ ਹੈ ਨਾ ਇੱਦਾਂ ਕਰਦੇ ਨੇ ਅਤੇ ਨਾ ਕਰਿਆ ਕਰੋ, ਕਿਉਂਕਿ ਏਜੰਟਾਂ ਦਾ ਤਾਂ ਆਹੀ ਹੁੰਦਾ ਹਿਸਾਬ, ਜਿਹੜਾ ਫਸਦਾ ਉਹਨੂੰ ਫਸਾ ਲਓ। ਅਤੇ ਬਾਕੀ
ਜਿਹੜੇ ਭਰਾ ਆਉਣਾ ਜਾਂਦੇ ਨੇ ਅਤੇ ਬਾਕੀ ਹੁਣ ਤਾਂ ਅੱਗੇ ਸਨੋਹ ਸਨੂਹ ਵਾਲਾ ਵੀ ਕੰਮ ਹੋ ਜਾਣਾ, ਗੇਮਾਂ ਵੀ ਸ਼ਾਇਦ ਬੰਦ ਹੀ ਹੋ ਜਾਣ ਅਤੇ ਆਉਂਦੀ ਸੀ। ਹੋਰ ਸੁਣਾਓ ਗੱਲਾਂ ਬਾਤਾਂ, ਬਾਕੀ ਮੇਰੇ ਭਰਾਵਾਂ ਨੂੰ ਲਵ ਯੂ ਆ ਸਾਰਿਆਂ ਨੂੰ ਜਿਹੜੇ ਵੀ ਦੇ ਰਹੇ ਨੇ ਇੰਨਾ ਪਿਆਰ। ਅਤੇ ਆਹ ਦੇਖ ਲਓ ਸਾਰਾ ਵਿਊ, ਆਹ ਵਿਊ ਆ ਸਾਰਾ, ਅਤੇ ਟਾਈਮ ਤਾਂ ਮੈਨੂੰ ਬਹੁਤ ਹੋ ਗਿਆ, ਪਰ ਟਾਈਮ ਨਹੀਂ ਮੈਨੂੰ ਲੱਗਿਆ ਹੈ ਨਾ ਵੀਡੀਓਸ ਬਣਾਉਣ ਦਾ। ਅਤੇ ਹੁਣ ਆਪਾਂ ਜਿੱਥੇ ਵੀ ਘੁੰਮਣ ਫਿਰਨ ਜਾਵਾਂਗੇ ਤੁਹਾਡੇ ਲਈ ਵੀਡੀਓ ਜ਼ਰੂਰ ਲੈ ਕੇ ਆਇਆ ਕਰਾਂਗੇ। ਅਤੇ ਮਾਈ ਫਸਟ ਵਲੋਗ ਸੀ ਯੂਰਪ, ਕਿਉਂਕਿ ਮੈਂ ਇਨਫੋਰਮੇਸ਼ਨ ਸੀ ਵਲੋਗ ਤਾਂ ਕਰਦਾ ਹੀ ਸੀਗਾ, ਸਾਰਿਆਂ ਨੂੰ ਦੱਸ ਹੀ ਰਿਹਾ ਹੈ ਨਾ। ਅਤੇ ਬਾਕੀ ਕੱਲ੍ਹ ਨੂੰ ਭਰਾਵੋ ਤਿਆਰੀਆਂ ਜਿੰਨੇ ਵੀ, ਅਤੇ ਬਾਕੀ ਜਿਹੜੇ ਭਰਾਵਾਂ ਦੇ ਰਿਪਲਾਈ ਨਹੀਂ ਹੁੰਦੇ ਮੇਰੇ ਤੋਂ ਹੈ ਨਾ ਯਾਰ, ਉਹ ਬੰਦੇ ਕਹਿੰਦੇ ਨੇ ਹਾਂ ਵੀ ਐਟੀਟਿਊਡ ਆ ਇੱਦਾਂ ਦਾ ਉੱਦਾਂ ਦਾ, ਵੀਰੇ ਇੱਦਾਂ ਦਾ ਕੁਛ ਵੀ ਨਹੀਂ ਹੈਗਾ ਮੇਰੇ 'ਚ ਹੈ ਨਾ। ਤਾਂ ਬਸ ਟਾਈਮ ਜਿਹਾ ਨਹੀਂ ਹੁੰਦਾ ਬਈ, ਜਿਹੜਾ ਬੰਦਾ ਪ੍ਰਦੇਸ਼ 'ਚ ਰਹਿੰਦਾ ਉਹ ਸਮਝ ਸਕਦਾ ਹੈ ਨਾ ਮੈਂ ਕਿਸ ਸਿਚੁਏਸ਼ਨ 'ਚ ਹੁੰਦਾ ਆ ਬੰਦਾ ਹੈ ਨਾ। ਅਤੇ ਟਾਈਮ ਨਹੀਂ ਬਈ ਪੁੱਤਰੋਂ ਮਿਲਦਾ ਹੈਗਾ, ਹੋਰ ਕੋਈ ਗੱਲ ਨਹੀਂ ਹੈਗੀ। ਅਤੇ ਬਾਕੀ ਜਦੋਂ ਵੀ ਟਾਈਮ ਮਿਲਿਆ ਹੈ ਨਾ ਜਿਹੜੇ ਭਰਾਵਾਂ ਦੇ ਰਹਿ ਗਏ ਰਿਪਲਾਈ ਕਰਨੇ ਮੈਂ ਜ਼ਰੂਰ ਕਰਾਂਗਾ। ਅਤੇ ਬਾਕੀ ਹੱਸਦੇ ਵੱਸਦੇ ਰਹੋ, ਆਪਣੇ ਸੁਪਨੇ ਲੈ ਕੇ ਜਿਹੜੇ ਆਉਂਦੇ ਨੇ ਪੂਰੇ ਸਾਰਿਆਂ ਦੇ ਹੋਣ, ਆਪਾਂ ਤਾਂ ਆਹੀ ਗੱਲ ਕਹਿੰਦੇ ਹਾਂ। ਅਤੇ ਹੋਰ ਗੱਲਾਂ ਬਾਤਾਂ ਮਿੱਤਰੋ, ਅਤੇ ਫੋਨ ਆਉਂਦਾ ਮਿੱਤਰੋ ਅਤੇ ਫਿਰ ਮੈਂ ਚਲੋ ਬਾਤ ਹੀ ਕਰ ਲੈਂਦੀ ਹਾਂ। ਅਤੇ ਉਸਤਾਦ ਜੀ ਦਾ ਵੀ ਫੋਨ ਆ ਰਿਹਾ ਆਪਣੇ ਦਾ, ਹੋਰ ਆਹ ਲੋਕੇਸ਼ਨ ਹੈ ਐਂਡ ਲੋਕੇਸ਼ਨ ਹੈ। ਵਧੀਆ ਯਾਰ, ਉਰੇ ਜ਼ਿਆਦਾਤਰ ਹੈ ਨਾ ਕੰਮ ਕਾਰ ਰੈਸਟੋਰੈਂਟਾਂ ਦੇ ਹੀ ਨੇ, ਅਤੇ ਆਪਾਂ ਵੀ ਤੁਹਾਨੂੰ ਨੈਕਸਟ ਵੀਡੀਓ 'ਚ ਦੱਸਾਂਗੇ ਮੈਂ ਕੀ ਕੰਮ ਕਰਦਾ ਹਾਂ ਹੈ ਨਾ। ਮੈਨੂੰ ਹੋ ਗਏ ਨੇ ਕੰਮ ਕਰਦੇ ਨੂੰ ਥੋੜ੍ਹਾ ਟਾਈਮ, ਕਿਉਂਕਿ ਫਰਾਂਸ ਕੰਮ ਤਾਂ ਇਹ ਹਾਲਾਤ ਸੀਗਾ, ਮੈਂ ਬਿਜਲੀ ਦਾ ਕੰਮ ਗਿਆ ਹੈ ਨਾ, ਬਿਜਲੀ ਦੇ ਕੰਮ 'ਤੇ ਗਿਆ। ਉੱਥੇ ਜਾ ਕੇ 40 ਰੁਪਏ ਦਿਹਾੜੀ ਮਿਲਦੀ ਸੀਗੀ ਹੈ ਨਾ, ਅਤੇ ਸਵੇਰੇ 6 ਵਜੇ ਉੱਠ ਕੇ ਹੈ ਨਾ ਟ੍ਰੇਨਾਂ ਬੱਸਾਂ ਫੜਨੀਆਂ ਪੈਂਦੀਆਂ ਹੈ ਨਾ, ਬਾਹਲਾ ਯਾਰ ਮੰਦਾ ਜਿਹਾ ਹਾਲ ਲੱਗਿਆ ਹੈ ਨਾ। ਉਹੀ 13-13, 14-14 ਘੰਟੇ ਬੰਦੇ ਨੂੰ ਡਿਊਟੀ ਪੈ ਜਾਂਦੀ ਆ, ਅਤੇ ਉਸ ਤੋਂ ਬਾਅਦ ਬੰਦੇ ਨੂੰ ਕੁਛ ਬਚਦਾ ਵੀ ਨਹੀਂ, ਅਤੇ 5 ਦਿਨ ਕੰਮ ਹੈ। ਅਤੇ ਤਾਂ ਕਰਕੇ ਫਿਰ ਆਪਾਂ ਜਰਮਨ ਆ ਗਏ ਸੀ। ਅਤੇ ਬਾਕੀ ਪੇਂਟ ਦੇ ਕੰਮ 'ਤੇ ਬਸ ਮੇਨ ਆਹੀ ਆ, ਨਵੇਂ ਬੰਦੇ ਨੂੰ ਉੱਥੇ 40 ਰੁਪਏ ਦਿਹਾੜੀ ਮਿਲਦੀ ਆ ਫਰਾਂਸ ਦੇ ਵਿੱਚ, 40 ਰੁਪਏ ਦਿਹਾੜੀ ਮਿਲਦੀ ਆ ਫਰਾਂਸ 'ਚ। ਅਤੇ ਬਟ ਬੰਦੇ ਨੂੰ ਬਚਦਾ ਨਹੀਂ ਨਾ ਕੁਛ, ਕਿਉਂਕਿ ਹੁਣ ਉੱਥੇ ਰੂਮ ਦਾ ਵੀ ਹੈ ਨਾ 150 ਰੂਮ ਦਾ ਹੋ ਗਿਆ, 150-200 ਦੇ ਵਿੱਚ ਰੋਟੀ ਖਰਚਾ ਵੀ ਹੋ ਗਿਆ ਹੈ ਨਾ ਬੰਦੇ ਦਾ। ਅਤੇ ਫਿਰ ਦੂਜੀ ਗੱਲ ਆਪਣੀ ਟ੍ਰੇਨ ਟਿਕਟ ਹੋ ਗਈ 70-80 ਦੀ ਉਹ ਭਰਿੰਦੀ ਆ, ਅਤੇ ਪਿੱਛੇ ਕੀ ਰਹਿ ਗਿਆ ਦਿਹਾੜੀਆਂ ਦਾ, ਸਾਰੀ ਉਹੀ 20-22 ਲੱਗਣੀਆਂ ਨੇ ਹੈ ਨਾ। ਅਤੇ ਤਾਂ ਕਰਕੇ ਮਿੱਤਰੋ ਆਪਾਂ ਪਹੁੰਚ ਚੁੱਕੇ ਹਾਂ, ਅਤੇ ਬਾਬਾ ਭਲੀ ਕਰੇ ਸਾਰਿਆਂ ਦੀ ਹੈ ਨਾ, ਸਾਰੇ ਆਪਣੇ ਸੁਪਨੇ ਪੂਰਨੇ ਕਰਨ। ਅਤੇ ਬਾਕੀ ਗੁੱਸਾ ਨਾ ਕਰਿਆ ਕਰੋ ਜਿਨ੍ਹਾਂ ਦਾ ਨਹੀਂ ਰਿਪਲਾਈ ਹੁੰਦਾ, ਜਦੋਂ ਵੀ ਟਾਈਮ ਮਿਲਿਆ ਬਈ ਸਾਰਿਆਂ ਦੇ ਰਿਪਲਾਈ ਹੋਣਗੇ। ਅਤੇ ਆਈ ਹੋਪ ਕਰਦਾ ਤੁਹਾਨੂੰ ਸਾਰਿਆਂ ਨੂੰ ਵੀਡੀਓ ਵਧੀਆ ਲੱਗੀ ਹੋਊਗੀ, ਅਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਅਤੇ ਬੈੱਲ ਆਈਕਨ ਦਾ ਬਟਨ ਵੀ ਦੱਬ ਦਿਓ, ਅਤੇ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੂਗੀ। ਅਤੇ ਹੁਣ ਦੱਬ ਦਿਓ ਬੈੱਲ ਆਈਕਨ ਅਤੇ ਸਬਸਕ੍ਰਾਈਬ ਕਰ ਲਓ। ਲਵ ਯੂ, ਮਿਲਦੇ ਹਾਂ ਜਲਦੀ ਨੈਕਸਟ ਵੀਡੀਓ ਦੇ ਵਿੱਚ।